ਇਹ ਤਸਵੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਟਵਿੱਟਰ ਅਕਾਊਂਟ ਦੀ ਹੈ। ਮੁੱਖ ਮੰਤਰੀ ਨੇ ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਤੇ ਸਰਪੰਚ ਹਰਪਾਲ ਸਿੰਘ ਦੀ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤੀ ਹੈ। ਹਰਪਾਲ ਸਿੰਘ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ। ਦਰਅਸਲ ਹਰਪਾਲ ਸਿੰਘ ਦਾ ਕੋਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਈਸੋਲੇਟ ਕੀਤਾ ਗਿਆ। ਹੁਣ ਉਹਨਾਂ ਨੇ ਕੋਰੋਨਾ ਤੇ ਫਤਿਹ ਪਾ ਲਈ ਹੈ। ਉਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਤੇ ਉਹ ਸਹੀ ਸਲਾਮਤ ਘਰ ਪਹੁੰਚੇ ਨੇ। ਹਰਪਾਲ ਸਿੰਘ ਨੇ ਇਸ ਵੀਡੀਓ ਰਾਹੀਂ ਪੰਜਾਬ ਵਾਸੀਆਂ ਲਈ ਇੱਕ ਸੁਨੇਹਾ ਵੀ ਦਿੱਤਾ ਹੈ। ਕੀ ਇਹ ਸੁਨੇਹਾ ਸੁਣਦੇ ਹਾਂ? ਸਰਪੰਚਾਂ ਜੀ, ਮੈਨੂੰ ਮੈਂ 22 ਤਰੀਕ ਦਾ ਇੱਥੇ ਸਿਵਲ ਹਸਪਤਾਲ ਹੋਸਪਿਟਲ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਐਡਮਿਟ ਸੀਗਾ। ਜਿਹੜਾ ਮੇਰਾ ਟੈਸਟ ਸੀਗਾ ਪੋਜ਼ਿਟਿਵ ਆਇਆ ਸੀਗਾ, ਹੁਣ ਮੈਂ ਬਿਲਕੁਲ ਠੀਕ ਹਾਂ। ਦੋਵੇਂ ਟੈਸਟ ਮੇਰੇ ਨੈਗਟਿਵ ਆ ਚੁੱਕੇ ਨੇ ਅਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ, ਸੰਦੇਸ਼ ਦੇਣਾ ਚਾਹੁੰਦਾ ਆਪਣੇ ਵੱਲੋਂ ਕਿ ਇਹ ਬਿਮਾਰੀ ਦੇ ਨਾਲ ਜਿਹਦੀ ਕੋਈ ਸ਼ਨਾਖਤ ਨਹੀਂ ਹੈਗੀ ਬਿਮਾਰੀ ਦੀ, ਇਹਦਾ ਡਟ ਕੇ ਮੁਕਾਬਲਾ ਕਰੀਏ। ਡਰਨ ਦੀ ਕੋਈ ਲੋੜ ਨਹੀਂ ਕੋਈ ਵੀ, ਇਸ ਟਾਈਮ ਸਿਰ ਦਵਾਈ ਜੋ ਵੀ ਲਈਏ। ਜੇ ਕੋਈ ਸਾਨੂੰ ਪ੍ਰੋਬਲਮ ਦਿਸੀ ਹੈ, ਇਹਦੀ ਕੋਈ ਮੁਸ਼ਕਲ ਆਉਂਦੀ ਕਿਸੇ ਤਰ੍ਹਾਂ ਦੀ, ਜਿਹੜੇ ਸਿਮਟਮ ਦੱਸਦੇ ਆ ਉਹਦੇ ਮੁਤਾਬਕ ਅਸੀਂ ਸਿਵਲ ਹੋਸਪਿਟਲ ਦੇ ਨਾਲ ਜਾਂ ਡਾਕਟਰਾਂ ਦੇ ਨਾਲ ਕੰਸਰਨ ਕਰਕੇ ਇਹਦਾ ਟੈਸਟ ਕਰਾਇਆ ਜਾਵੇ। ਬਿਮਾਰੀ ਤੋਂ ਕਿਸੇ ਵੀ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ। ਅਸੀਂ ਇੱਥੇ 18 ਮਰੀਜ਼ ਸੀ, 18 ਦੇ 18 ਬਿਲਕੁਲ ਠੀਕ ਹੋ ਚੁੱਕੇ ਹਾਂ। ਇਹਨਾਂ 'ਚੋਂ 8 ਅੱਜ ਅਸੀਂ ਘਰ ਜਾ ਰਹੇ ਹਾਂ, ਜਿਹੜੇ ਬਿਲਕੁਲ ਇਹਨਾਂ ਦੇ 2 ਹੀ ਟੈਸਟ ਜਿਹੜੇ ਨੈਗਟਿਵ ਆ ਚੁੱਕੇ ਆ। ਉਸ ਬੱਚਿਆਂ ਦੇ 2 ਦੇ ਸਿੰਗਲ ਟੈਸਟ ਆਏ ਆ ਨੈਗਟਿਵ, ਅਤੇ ਦੁਬਾਰਾ ਉਹਨਾਂ ਦੇ ਟੈਸਟ ਲੈ ਕੇ ਜਿੱਦਾਂ 14 ਦਿਨ ਹੋਈ ਜਾਂਦੇ ਆ ਉੱਦਾਂ ਉਹਨਾਂ ਦੇ ਟੈਸਟ ਲੈ ਕੇ ਇਹਨਾਂ ਨੂੰ ਘਰ ਭੇਜੀ ਜਾਣਾ ਜੀ। ਸੋ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਕਿ ਗਰਮ ਦੀ ਨਹੀਂ ਇਸ ਬਿਮਾਰੀ ਤੋਂ ਲੋੜ, ਆਪਣੀ ਖੁਰਾਕ ਟਾਈਮ ਸਿਰ ਖਾਣੀ, ਭੁੱਖੇ ਨਹੀਂ ਰਹਿਣਾ, ਅਤੇ ਇਹਦੇ ਨਾਲ ਬਿਮਾਰੀ ਨਾਲ ਲੜਨ ਦੀ ਸਾਨੂੰ ਲੋੜ ਹੈ, ਨਾ ਕਿ ਡਰਨ ਦੀ ਲੋੜ ਹੈ। ਗਰਮ ਪਾਣੀ ਪੀਓ, ਇਹਦੇ ਵਿੱਚ ਅਸੀਂ ਗਰਮ ਪਾਣੀ ਪੀਂਦੇ ਰਹੇ, ਕਾਫੀ ਕਰਕੇ ਭਾਫ ਵੀ ਲੈਂਦੇ ਰਹੇ। ਦਵਾਈ ਜੇ ਕੋਈ ਖੰਘ ਦੀ ਹੈ, ਸਾਨੂੰ ਇੱਥੇ ਟਾਈਮ ਸਿਰ ਪ੍ਰਸ਼ਾਸਨ ਵੱਲੋਂ ਦਵਾਈਆਂ ਵੀ ਦਿੱਤੀਆਂ ਗਈਆਂ। ਖੰਘ ਦੀ ਆ, ਕੋਈ ਹੋਰ ਕੋਈ ਸਿਰਦਰਦ ਸੀਗਾ ਜਾਂ ਕੋਈ ਐਂਟੀਬਾਇਓਟਿਕਸ ਦੀਆਂ ਦਵਾਈਆਂ ਨੂੰ ਦਵਾਈਆਂ ਜਿਹੜੀਆਂ ਪ੍ਰਸ਼ਾਸਨ ਨੇ ਦਿੱਤੀਆਂ, ਇਹਦੇ ਨਾਲ ਸਾਡੀ ਸਿਹਤ ਠੀਕ ਹੋਈ ਹੈ ਅਤੇ ਡਾਕਟਰ ਸਾਹਿਬਾਨਾਂ ਨੇ ਸਾਡਾ ਪੂਰਾ ਧਿਆਨ ਰੱਖਿਆ, ਜਿਹਦੇ ਨਾਲ ਅਸੀਂ ਬਿਲਕੁਲ ਅੱਜ ਠੀਕ ਠਾਕ ਹੋ ਕੇ ਘਰ ਨੂੰ ਜਾ ਰਹੇ ਹਾਂ। ਸੋ ਮੈਂ ਪ੍ਰਸ਼ਾਸਨ ਦਾ, ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਾਲ ਸਿੰਘ ਦਾ ਸੁਨੇਹਾ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਲਈ ਹੱਲਾਸ਼ੇਰੀ ਹੈ ਕਿ ਡਰੋ ਨਹੀਂ, ਲੜੋ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।